दिल दिया गला दिल दिया गला। सोशल मीडिया दे राही सानू सारयां नू तुहाडी फ्रेंडशिप बारे पता है, यू गाइज़ आर ऑलवेज टुगेदर, हर चीज़ तुसी कट्ठे ही करदे हो मैनू लगदा है। ते हर चीज़ कट्ठे नहीं करदे, हर चीज़ कट्ठे नहीं करदे, ज़्यादातर कट्ठे करदे, ज़्यादातर कट्ठे करदे हो। ए जो टीम जेबी आ, ए किद्दां बणी? चंडीगढ़ एक पार्टी सीगी इंडस्ट्री दी, ते उत्थे काफ़ी जणां नू मैं पहली बार मिलिया जिन्हां दे विचों जस्सी वेख सीगा, है ना। तो उस तो बाद कहिंदे हुंदे कि जदों थोड़ी मत मिलदी होवे, दिल मिलदा होवे, ते कुदरती साडा इलाका बोली सारा कुछ रलदा सीगा, तां साडी दोस्ती आ जिहड़ी ओह वध गई, है ना जी। बबल, मैनूं लगदा कि तुसीं इदां शाय शाय बण के ना बहुत सारियां कुड़ियां पटाउंदे होणे, बिकॉज़ आई थिंक गर्ल्स लाइक शाय बॉयज। इदां हुंदा? आई थिंक सो, आई लाइक शाय बॉयज। बण गई गल, कन्फेशंस करने पैणे आ, ते जे सच्ची सच्ची नहीं कीता या सच आंसर नहीं दिता, या इफ यू चूज टू नॉट आंसर, फिर तुहानूं इह शॉट पीणा पैणा है। एक मिनट इन चक्के इत्थे रख लै, छोटे हुंदे सीगे ना, असीं इक रेस्टोरेंट दे विच पैसे इकट्ठे करके सारे दोस्तां ने जिन्ने वी सीगे, तां सीगा कि अज महंगे रेस्टोरेंट च खाणा खाणा, उत्थे खाधा, खाण तों बाद सारे बाहर चले गए, मेरा अंदरों पता नहीं कित्थों मेरी शरारत जागी, ਤਾਂ ਉੱਥੇ ਜਿਹੜੀ ਉਹਨਾਂ ਨੇ ਮੂੰਹ ਮਿੱਠਾ ਕਰਨ ਨੂੰ ਚੀਨੀ ਤੇ ਸੌਂਫ ਨਹੀਂ ਰੱਖੀ ਹੁੰਦੀ, ਹਾਂਜੀ, ਮੈਂ ਉਹਦੇ ਵਿੱਚ ਕੈਚਅਪ ਰਲਾਉਣ ਲੱਗਿਆ ਹੋਇਆ ਸੀਗਾ, ਤੇ ਪਿੱਛੇ ਉਹਨਾਂ ਦਾ ਜਿਹੜਾ ਵੇਟਰ ਸੀਗਾ ਉਹ ਖੜਾ ਦੇਖੀ ਜਾਂਦਾ ਸੀ, ਉਹ ਦੇਖੀ ਗਿਆ ਪੂਰਾ ਨਾ, ਦੇਖ ਕੇ ਮੈਨੂੰ ਕਹਿੰਦਾ ਕਿਆ ਹੋ ਰਿਹਾ ਹੈ, ਮੈਂ ਕਿਹਾ ਮੈਂ ਐਸੇ ਹੀ ਖਾਤਾ ਹੂੰ, ਕਹਿੰਦਾ ਫਿਰ ਖਾਓ, ਔਰ ਫਿਰ ਮੈਂ ਖਾਇਆ। ਓਕੇ, ਕਨਫੈਸ ਕਰੋ, ਆਸਟ੍ਰੇਲੀਆ ਰਹਿੰਦੇ ਦੀ ਕੋਈ ਐਸੀ ਪ੍ਰੋਬਲਮ ਜਿਹੜੀ ਅੱਜ ਤੱਕ ਆਪਣੇ ਅੰਦਰ ਦਬਾ ਕੇ ਰੱਖੀ ਆ ਤਾਂ ਕਿਸੇ ਨੂੰ ਨਹੀਂ ਦੱਸੀ? ਮਤਲਬ ਉਹੀ ਕਹਿਣਾ, ਮੈਂ ਦੱਸਣ ਹੀ ਨਹੀਂ ਲੱਗਾ, ਮੈਂ ਨਹੀਂ ਬਹੁਤ ਪ੍ਰੋਬਲਮਸ ਕਰਕੇ ਜੋ ਮੇਰਾ ਅੱਜ ਕਰੈਕਟਰ ਹੈ ਉਹਨਾਂ ਕਰਕੇ। ਕਨਫੈਸ ਕਰੋ, ਆਸਟ੍ਰੇਲੀਆ 'ਚ ਕੋਈ ਐਸਾ ਪੈਸੰਜਰ ਜਿਹੜਾ ਤੁਹਾਡੀ ਟੈਕਸੀ 'ਚ ਆ ਕੇ ਬੈਠਾ ਹੋਵੇ ਅਤੇ ਤੁਹਾਨੂੰ ਅੱਜ ਤੱਕ ਯਾਦ ਹੈ? ਇੱਕ ਵਾਰੀ ਗੋਰੀ ਸੀਗੀ, ਉਹ ਮੇਰੇ ਨਾਲ ਅੱਗੇ ਬੈਠੀ ਸੀ, ਅਤੇ ਉਹਦਾ ਬੋਏਫ੍ਰੈਂਡ ਪਿੱਛੇ ਡਰੰਕ ਹੋ ਕੇ ਸੌਂ ਗਿਆ, ਅਤੇ ਉਹ ਮੇਰੇ ਨਾਲ ਗਾਉਂਦੀ ਗਈ ਗਾਣੇ, ਉਹਨਾਂ ਦਾ ਅਪ ਹਿਲਸ ਘਰ ਸੀਗਾ, ਅਤੇ ਉੱਥੇ ਜਾ ਕੇ ਫਿਰ ਉਹ ਮੈਨੂੰ ਕਹਿੰਦੀ ਕਿ ਯੂ ਡਿਜ਼ਰਵ ਅ ਕਿਸ, ਤਾਂ ਫਿਰ ਉਹਨੇ ਸਵੀਟ ਜਸਟ ਅ ਟੋਕਨ ਆਫ ਲਵ। ਕਿ ਜੱਸੀ, ਹੁਣ ਤੁਹਾਡੀ ਵਾਰੀ ਆ, ਆਈ ਹੋਪ ਕਿ ਤੁਸੀਂ ਇਹ ਨਾ ਪੀਓ। ਆ ਜਾਈਏ, ਦੇਖਦੇ ਹਾਂ। ਓਕੇ, ਕਨਫੈਸ ਕਰੋ ਇਹੋ ਜਿਹਾ ਐਮਬੈਰਸਿੰਗ ਮੂਮੈਂਟ ਜਿੱਥੇ ਲੱਗਾ ਹੋਵੇ ਕਿ ਧਰਤੀ ਫਟ ਜੇ ਤੇ ਮੈਂ ਇਹਦੇ ਅੰਦਰ ਸਮਾ ਜਾ। ਮੈਂ ਫਸਟ ਜਾਂ ਸੈਕਿੰਡ 'ਚ ਹੋਊਂਗਾ। ਸੋ ਮੈਨੂੰ ਇੱਕ ਜਮੈਟਰੀ ਬਾਕਸ ਬਹੁਤ ਸੋਹਣੀ ਲੱਗੀ ਮੇਰੇ ਦੋਸਤ ਦੀ, ਅਤੇ ਮੈਂ ਉਹ ਚੱਕ ਕੇ ਲੁਕੋ ਲਈ, ਅਤੇ ਬਟ ਉਹਨੇ ਜਾ ਕੇ ਦੱਸਤਾ ਕਿ ਮੇਰੀ ਜਮੈਟਰੀ ਬਾਕਸ ਖੋ ਗਈ ਆ, ਅਤੇ ਸਾਰਿਆਂ ਦਾ ਬੈਗ ਚੈੱਕ ਕੀਤਾ, ਮੇਰੇ ਬੈਗ 'ਚੋਂ ਨਿਕਲਿਆ ਜੀ। ਪਰ ਮੈਨੂੰ ਮੈਡਮ ਨੇ ਕੁੱਟਿਆ ਤਾਂ ਹੈ ਨੀਗਾ, ਉਹਨੇ ਮੇਰੀ ਸਿਸਟਰ ਨੂੰ ਦੱਸਤਾ, ਫਿਰ ਮੇਰੇ ਘਰੇ ਜਾ ਕੇ ਬਹੁਤ ਪਈ। ਓਕੇ, ਕਨਫੈਸ ਕਰੋ ਕਿ ਪਰਸਨਲ ਰੀਜ਼ਨ ਕਰਕੇ ਕਿਸੇ ਨਾਲ ਕੋਲੈਬੋਰੇਸ਼ਨ ਕਰਨ ਤੋਂ ਮਨਾ ਕੀਤਾ? ਹੈਗੇ ਐਵੇਂ ਦੇ, ਬਟ ਦੱਸਣਾ ਨਹੀਂ ਚਾਹੂੰਗਾ ਕੌਣ। ਓਕੇ, ਕਨਫੈਸ ਕਰੋ ਵਿਆਹ ਤੋਂ ਪਹਿਲਾਂ ਕਿੰਨੇ ਕੁ ਸ਼ਰਾਰਤੀ ਸੀਗੇ ਅਤੇ ਵਿਆਹ ਤੋਂ ਬਾਅਦ ਕਿੰਨੇ ਸ਼ਰੀਫ ਹੋ ਗਏ? ਵਿਆਹ ਤੋਂ ਪਹਿਲਾਂ ਜਿਵੇਂ ਮੈਂ ਆਪਣੀ ਗਰਲਫ੍ਰੈਂਡ ਨਾਲ ਘੁੰਮ ਸਕਦਾ, ਵਿਆਹ ਤੋਂ ਬਾਅਦ ਨਹੀਂ ਘੁੰਮ ਸਕਦਾ, ਕਿਉਂਕਿ ਵਾਈਫ ਹੋ ਗਈ। ਇਹ ਬਹੁਤ ਹੀ ਸਮਾਰਟ ਆਨਸਰ ਆ, ਵਿਲ ਨਾਟ ਐਕਸੈਪਟ ਕਰੈਕਟ। ਇਹ ਪੀਣਾ ਪੈਣਾ, ਠੀਕ ਹੈ ਵੀ, ਨਹੀਂ ਤਾਂ ਇਦਾਂ ਨਹੀਂ ਕਰ ਸਕਦੇ ਬਈ, ਇਹ ਨਹੀਂ ਪੀਸਾ ਵੀ। ਤਾਂ ਫਿਰ ਦੱਸੋ, ਜਲਦੀ ਦੱਸੋ ਜਵਾਬ ਯਾਰ, ਵਿਆਹ ਤੋਂ ਪਹਿਲਾਂ ਕੀ ਸ਼ਰਾਰਤਾਂ ਕੀਤੀਆਂ? ਬਬਲ, ਤੁਸੀਂ ਆਪਣੇ ਪਾਪਾ ਨੂੰ ਮਿਸ ਕਰਦੇ ਹੋ ਕਿਉਂਕਿ ਉਹ ਤੁਹਾਨੂੰ ਸਕਸੈਸਫੁਲ ਸਿੰਗਰ ਬਣਦਾ ਦੇਖਣਾ ਚਾਹੁੰਦੇ ਸੀਗੇ? ਤਾਂ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਦੀਆਂ ਬਲੈਸਿੰਗਸ ਹੀ ਆ, ਜਾਂ ਉਹਨਾਂ ਦੀ ਵਿਲ ਪਾਵਰ ਮੇ ਵੀ ਇੰਨੀ ਉਦੋਂ ਸਟਰੋਂਗ ਮੇਰੇ ਲਈ, ਇੰਨਾ ਚੰਗਾ ਸੋਚਦੇ ਸੀਗੇ ਕਿ ਉਹ ਮੇਰੀ ਲਾਈਫ ਦੇ ਵਿੱਚ ਉੱਦਾਂ ਹੋਇਆ, ਹੈ ਨਾ। ਤਾਂ ਓਬਵੀਅਸਲੀ ਜੇ ਉਹ ਡੈਡੀ ਹੁੰਦੇ ਤਾਂ ਜ਼ਿਆਦਾ ਵਧੀਆ ਲੱਗਦਾ ਜੀ, ਮੈਨੂੰ ਖੁਸ਼ੀ ਹੁੰਦੀ ਕਿ ਉਹ ਦੇਖਦੇ ਮੈਨੂੰ ਉੱਦਾਂ, ਪਰ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਜੀ। ਤੁਹਾਡੇ ਲਈ ਇੱਕ ਹੋਰ ਮੈਸੇਜ ਆ, ਆਓ ਦੇਖੀਏ ਜੀ। ਬੇਟਾ ਬੱਬਲ, ਬਹੁਤ ਬਹੁਤ ਪਿਆਰ ਪੁੱਤ, ਅਤੇ ਹੋਰ ਬਸ ਤੇਰੀਆਂ ਯਾਦਾਂ ਤਾਜ਼ੀਆਂ ਕਰਨ ਲੱਗੀਆਂ ਛੋਟੇ ਹੁੰਦੇ ਦੀਆਂ। ਛੋਟਾ ਹੁੰਦਾ ਬਹੁਤ ਪਿਆਰਾ ਰੱਖਿਆ ਸੀ ਪੁੱਤ, ਅਤੇ ਛੋਟੇ ਹੁੰਦੇ ਸ਼ਰਾਰਤਾਂ ਵੀ ਬੜੀਆਂ ਕਰਦਾ ਹੁੰਦਾ ਸੀ, ਅਤੇ ਫਿਰ ਗਾਉਣ ਲੱਗ ਗਿਆ ਦੇਖਦਾ, ਚੱਲ ਗੁਰਦੁਆਰੇ ਜਾਣਾ ਗਾਉਣਾ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ। 2.5 ਸਾਲ ਦਾ ਹੁੰਦਾ ਸੀ ਉਦੋਂ ਤੋਂ, ਜਦ ਸਕੂਲ ਜਾਂਦਾ ਸੀ ਪੁੱਤ ਬਹੁਤ ਵਧੀਆ ਲੱਗਦਾ ਸੀ, ਛੋਟਾ ਜਿਹਾ ਜੂਗਾ ਕਰਕੇ ਜਾਣਾ ਬਾਹਰ ਰੱਖੇ ਹੋਏ ਸੀ, ਅਤੇ ਬਹੁਤ ਤੈਨੂੰ ਪੁੱਤ ਚਾਵਾਂ ਲਾਡਾਂ ਨਾਲ ਸ਼ੁਰੂ ਤੋਂ ਹੀ ਰੱਖਿਆ,
ਤੈਨੂੰ ਖੇਡਣ ਦਾ ਬਹੁਤ ਸ਼ੌਂਕ ਸੀ, ਚੱਲ ਆਪਦਾ ਖੇਡਣ ਚਲਿਆ ਜਾਣਾ ਬਾਹਰ ਅਤੇ ਖੇਡ ਖੂਡ ਕੇ ਆ ਜਾਣਾ ਘਰ ਨੂੰ। ਚੱਲ ਪੁੱਤ ਬਹੁਤ ਵਧੀਆ ਹੋ ਗਿਆ, ਤੂੰ ਸਟਾਰ ਬਣ ਗਿਆ, ਸਾਨੂੰ ਬਹੁਤ ਮਾਣ ਆ। ਤੇਰੇ ਡੈਡੀ ਨੂੰ ਵੀ ਬਹੁਤ ਸ਼ੌਂਕ ਸੀਗਾ ਵੀ ਮੇਰਾ ਪੁੱਤ ਇਸ ਪਾਸੇ ਜਾਵੇ, ਵਧੀਆ ਕਲਾਕਾਰ ਸਟਾਰ ਬਣ ਜੇ। ਉਹ ਵੀ ਚਲੋ ਕਿਤੇ ਦੇਖਦੇ ਹੋਣਗੇ ਵੀ ਮੇਰਾ ਪੁੱਤ ਸਟਾਰ ਬਣ ਗਿਆ, ਉਹਨਾਂ ਦਾ ਵੀ ਮਨ ਖੁਸ਼ ਹੁੰਦਾ ਹੋਊਗਾ। ਥੈਂਕ ਯੂ। ਬੱਬਲ, ਤੁਹਾਡੀ ਡੇਰ ਇਹ ਆ ਕਿ ਤੁਸੀਂ ਉਹ ਚੁੰਨੀ ਲੈ ਕੇ, ਫੁਲਕਾਰੀ ਲੈ ਕੇ ਕੁੜੀ ਬਣਨ ਦੀ ਐਕਟਿੰਗ ਕਰਨੀ ਆ। ਸਪੋਰਟਿੰਗ ਕਾਸਟ 'ਚ ਸਾਥ ਦੇਣਗੇ ਜੱਸੀ। ਕੀ ਦੱਸਾਂ ਭੈਣੇ ਤੈਨੂੰ, ਕਰਮਜਲੀ ਮੇਰੇ ਗਲ ਪੈ ਗਈ। ਆਹ ਮੇਰੇ ਖਸਮ ਨੂੰ 24 ਘੰਟੇ ਮਗਰ ਲਈ ਰੱਖਦੀ ਆ ਤੇਰੀ ਸੱਸ। ਹੋਰ ਉਹ ਜਿਹਾ ਉਹ ਆ ਮਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ। ਹੋਰ ਕਿਤੇ ਜਾਣਾ ਹੋਵੇ ਤਾਂ ਪੁੱਛ ਕੇ ਜਾਓ, ਕਿਤੇ ਕੁਛ ਖਾਣਾ ਹੋਵੇ ਤਾਂ ਪੁੱਛ ਕੇ ਖਾਓ। ਤੈਨੂੰ ਜਮਾ ਹੀ ਨਹੀਂ ਪੁੱਛਦਾ, ਕੋਈ ਆਜ਼ਾਦੀ ਵੀ ਹੈ ਨਹੀਂ ਗੀ ਨਾ ਘਰ ਵਾਲਾ ਵੀ ਚੰਦਰ ਉਹਦੇ ਮਗਰ ਲੱਗਿਆ ਫਿਰਦਾ ਬਾਹਲੀ। ਵੱਢ ਹੋਣੀ ਆ ਤਾਂ ਸੰਦੂਖਾਂ ਪਿੱਛੇ ਲੈ ਜਾਓ ਫਿਰ ਕਰਦੇ ਇੱਕ ਦਿਨ ਜਾ ਕੇ ਦੇਖਦੀ। ਸੋਚ ਸੋਚਦੀ ਆ ਮੈਂ ਹੁਣ ਕਿਸੇ ਦਿਨ ਦਾ ਚੁੰਨੀ ਦੇ ਨਾਲ ਹੀ ਚੰਦਰੀ ਨੂੰ ਲੈ ਕੇ ਫਾਹਾ ਕਰਕੇ ਐ ਕਰ ਦੇਣਾ ਮੈਂ। ਯੈਸ ਚਲੋ ਬਈ, ਹਾਈ ਹੀਲਸ ਪਾ ਕੇ ਡਾਂਸ ਕਰਦੇ ਕਰਦੇ ਹਰੀ ਮਿਰਚ ਖਾਣੀ ਆ।